ਅਮਰਤਾ ਪ੍ਰੀਤਮ ਦਾ ਨਾਵਲ ਪਿੰਜਰ ਦਾ ਪਹਿਲੇ ਅੰਗ ਦਾ 1935 ਵਿੱਚ ਦਾ ਅਗਲਾ ਪਾਗ ਤਾਪ ਨਾਲ ਖੂਂਗ ਦੀ ਪੂਰੋਂ ਨੇ ਸਿਰ ਚੁੱਕ ਕੇ ਵੇਖਿਆ ਰਸ਼ੀਦਾ ਉਹਦੀ ਸਰਾਂ ਦੀ ਬੈਠਾ ਸੀ ਪੂਰੋਂ ਦੀ ਇੱਕ ਚੀਕ ਨਿਕਲੀ ਤੇ ਉਹ ਗੱਸ਼ ਖਾ ਗਈ ਉਹਨੇ ਵੇਖਿਆ ਕਾਲੀ ਜੱਤ ਵਾਲਾ ਇੱਕ ਰਿੱਚੋ ਦੇ ਵਾਲਾਂ ਚ ਆਪਣੇ ਪਹੁੰਚੇ ਪਿਆ ਫੇਰਦਾ ਸੀ ਉਹ ਇੱਕ ਗੁਫਾ ਚ ਡੱਕੀ ਹੋਈ ਸੀ ਉਹ ਸੁੰਗੜਦੀ ਜਾਂਦੀ ਸੀ ਰਿੱਚ ਫੈਲਦਾ ਜਾਂਦਾ ਸੀ ਰਿਛ ਨੇ ਆਪਣੀਆਂ ਜੱਤ ਵਾਲੀਆਂ ਬਾਹਾਂ ਚੋਂ ਉਹਨੂੰ ਬੁਲੇਟ ਲਿਆ। ਉਹਨੇ ਅੱਖਾਂ ਪਾੜ-ਪਾੜ ਕੇ ਵੇਖਿਆ ਕੋਈ ਉਹਦੇ ਪੈਰਾਂ ਦੀਆਂ ਤਲੀਆਂ ਪਿਆ ਚਸਦਾ ਸੀ। ਫਿਰ ਕਿਸੇ ਦੇ ਕਿਸੇ ਨੇ ਉਹਦੇ ਮੋਢੇ ਨੱਪੇ, ਫਿਰ ਕਿਸੇ ਨੇ ਪਾਣੀ ਦੀਆਂ ਚੁੱਲੀਆਂ ਉਹਦੇ ਮੂੰਹ 'ਚ ਪਾਈਆਂ। ਰਿਛ ਦੀ ਗੁਫਾ ਕਿ ਰਿਸ਼ੀਦੇ ਦਾ ਘਰ ਪੂਰੇ ਦੇ ਸਿਰ ਨੂੰ ਪੂਰੋ ਦੇ ਸਿਰ ਨੂੰ ਚੱਕਰ ਪੈ ਆਉਂਦੇ ਸਨ, ਫਿਰ ਖੌਰੇ ਉਹ ਸੌ ਗਈ। ਉਹਨੂੰ ਆਪਣੀ ਮਾਂ, ਆਪਣਾ ਪਿੰਡ ਸਭੋ ਕੁਝ ਯਾਦ ਸੀ। ਉਹਨਾਂ ਨੂੰ ਜਪਦਾ ਸੀ। ਇਸ ਗੁਫਾ ਵਿੱਚ ਪਿਆ ਪਿਆ ਉਹਨੂੰ ਬਰੇ ਹੋ ਗਏ ਨੇ ਰਸ਼ੀਦੇ ਦੀ ਸ਼ਕਲ ਵੇਖਣ ਦੀ ਉਹਨੂੰ ਆਦਤ ਹੋ ਗਈ ਸੀ ਨਾ ਰਸ਼ੀਦੇ ਨੇ ਉਹਨੂੰ ਕਦੇ ਕੁਝ ਕਿਹਾ ਸੀ ਨਾ ਉਹਨੇ ਕਦੇ ਰਸ਼ੀਦੇ ਨੂੰ ਬੁਲਾਇਆ ਸੀ ਸੁੱਤੀ ਪਈ ਦੇ ਮੂੰਹ 'ਚ ਰਸ਼ੀਦਾ ਤੱਤੇ ਕੀਤੇ ਹੋਏ ਗੁੜ ਦੇ ਘਿਓ ਦੇ ਚਮਚੇ ਪਾਉਂਦਾ ਕਦੇ ਕੁਝ ਉਹਦੇ ਅੰਦਰ ਲੰਘ ਜਾਂਦਾ ਕਦੇ ਉਹ ਥੁੱਕ ਛੱਡਦੀ ਸੀ ਫਿਰ ਉਹਨੇ ਹੌਸਲਾ ਕਰਕੇ ਕੰਧ ਨਾਲ ਪਿੱਠ ਜੋੜੀ ਤੇ ਮੰਜੀ ਤੇ ਬਹਿ ਗਈ ਮੈਂ ਕਿੱਥੇ ਆਉਨੇ ਪੁੱਛਿਆ ਮੇਰੇ ਕੋਲ ਰਸ਼ੀਦਾ ਮੰਜੀ ਦੇ ਸਾਹਮਣੇ ਲੱਕੜੀ ਦੇ ਇੱਕ ਸਟੂਲ ਤੇ ਬੈਠਾ ਸੀ। ਰਸ਼ੀਦੇ ਦਾ ਮੂੰਹ ਨੀਵਾ ਸੀ। ਅੱਜ ਰਸ਼ੀਦੇ ਦੀਆਂ ਅੱਖਾਂ ਪਾਟ-ਪਾਟ ਕੇ ਪੂਰੋ ਦੇ ਮੂੰਹ ਤੇ ਨਹੀਂ ਸਨ ਪੈਂਦੀਆਂ ਪਈਆਂ। "ਤੂੰ ਮੈਨੂੰ ਇੱਥੇ ਕਿਉਂ ਆਂਦਾ ਹੈ?" ਪੂਰੋ ਨੂੰ ਪੁੱਛਣ ਦਾ ਜੇਰਾ ਪਿਆ। "ਫੇਰ ਕਦੇ ਦੱਸਾਂਗਾ।" ਰਸ਼ੀਦੇ ਨੇ ਇੰਨਾ ਕਿਹਾ ਤੇ ਉੱਠ ਕੇ ਬਾਹਰ ਤੁਰ ਗਿਆ। ਗਮਸਮ ਪੂਰੋ ਮੰंजे ਤੇ ਪਈ ਰਹੀ। ਹੁਣ ਕਮਰੇ ਦਾ ਬੂਹਾ ਖੁੱਲਾ ਸੀ। ਪੂਰੋ ਨੇ ਤੱਕਿਆ ਬਾਹਰ ਇੱਕ ਛੋਟਾ ਜਿਹਾ ਦਲਾਨ ਸੀ। ਦਲਾਨ ਦੇ ਨਾਲ ਵਾਰਿਕ ਨਿੱਕੇ ਜੀ ਡਿਊਟੀ ਸੀ ਤੇ ਫਿਰ ਬਾਹਰ ਲਾ ਬੂਆ ਉਹ ਕੰਬ ਦੀ ਕੰਬ ਦੀ ਉੱਠੀ ਉਹਨੇ ਚਾਰ ਚੁਫੇਰੇ ਕੰੰਧਾਂ ਵੱਲ ਵੇਖਿਆ ਉਹਨੂੰ ਡਰ ਸੀ ਹੁਣੇ ਕੋਈ ਕੰੰਧਾਂ ਦੇ ਅੰਦਰੋਂ ਵੀ ਬੰਦਾ ਨਿਕਲ ਆਏਗਾ ਉਹਨੂੰ ਬੋਂ ਫੜ ਕੇ ਮੰਜੀ ਤੇ ਸੁੱਟ ਦੇਗਾ ਪਰ ਕੰੰਧਾਂ ਚ ਕੋਈ ਨਾ ਨਿਕਲਿਆ ਪੂਰੋਂ ਬਾਹਰਲੀ ਦਲਾਨ ਚ ਆ ਗਈ ਦਲਾਨ ਚ ਇੱਕ ਗੁੱਠੇ ਚੁੱਲ੍ਹੇ ਚ ਬੁਜੀ ਹੋਈ ਅੱਗ ਸੀ ਕੋਲ ਇੱਕ ਹਾਂਡੀ ਤੇ ਤਵਾ ਪਰਾਤ ਖਿਲ ਰਿਆ ਹੋਇਆ ਸੀ ਪਾਣੀ ਦੀ ਇੱਕ ਘੜੀ ਭਰੀ ਹੋਈ ਗੁੱਠੇ ਚ ਪਈ ਸੀ ਪਰ ਕੋਈ ਬੰਦਾ ਕਿਤੇ ਨਜ਼ਰ ਨਹੀਂ ਸੀ ਆਉਂਦਾ ਉਹ ਕੰਬ ਦੇ ਕੰਬ ਦੇ ਪੈਰਾਂ ਨਾਲ ਡਿਊਟੀ ਚਾਈ ਬਾਹਰਲੇ ਬੂਏ ਕੋਲ ਆਈ ਫਿਰ ਪਛਾਂਪ ਪਰਤ ਕੇ ਕੋਠੜੀ ਵੱਲ ਤੱਕੇ ਉਸੂ ਫਿਰ ਬੂਏ ਦੇ ਕੋਲ ਵਾਰ ਹੋ ਗਈ ਪਰ ਮਕਾਨ ਦਾ ਦਰਵਾਜ਼ਾ ਪੂਰੋ ਦੀ ਕਿਸਮਤ ਵਾਂਗ ਬੰਦ ਪਿਆ ਹੋਇਆ ਸੀ ਪੂਰੋ ਨੇ ਬੰਦ ਬੂਏ ਨਾਲ ਸਿਰ ਜੋੜਿਆ ਪਰ ਬੂਏ ਨੂੰ ਨਾ ਪੂਰੋ ਦੇ ਟੱਠੇ ਹੋਏ ਸਿਰ ਤੇ ਤਰਸ ਆਇਆ ਨਾ ਮੁੱਧੜੇ ਪਏ ਹੋਏ ਮੂੰਹ ਤੇ ਨਾ ਪੀਜੀਆਂ ਹੋਈਆਂ ਅੱਖਾਂ ਉਤੇ ਪੱਲੇ ਨਾਲ ਮੂੰਹ ਪੂੰਝ ਕੇ 부ਹੇ ਨਾਲੋਂ ਪਰਤ ਆਈ ਘੜੀ ਚੋਂ ਪਾਣੀ ਦੀ ਇੱਕ ਬੁੱਗ ਭਰ ਕੇ ਪੂਰੋਂ ਨੇ ਅੱਖਾਂ ਤੇ ਪਾਈ ਫਿਰ ਉਹਨੂੰ ਖਿਆਲ ਆਇਆ ਕਿ 부ਹੇ ਨੂੰ ਭੰਨ ਵੇਖੇ ਖੋਰੇ ਕੋਈ ਆਂਢੀ ਗਵੰਢੀ ਜਰਾ ਗੁਜਰੂ ਦੀ ਆਵਾਜ਼ ਸੁਣੇ ਉਹਨੇ ਦਲਾਨ ਦੀਆਂ ਕੱਚੀਆਂ ਤੇ ਉੱਚੀਆਂ ਕੰਦਾਵਲ ਵੇਖਿਆ ਫਿਰ ਇੱਕ ਵਾਰੀ ਸਾਰੇ ਜੀ ਨੂੰ ਇਕੱਠਿਆਂ ਕਰਕੇ 부ਹੇ ਨੂੰ ਭੰਨਿਆ ਉਹਦੇ 부ਹੇ ਦੀਆਂ ਛੀਥਾਂ ਚੋਂ ਤੱਕਿਆ ਬਾਹਰ ਖੁੱਲਾ ਮੈਦਾਨ ਹੀ ਮੈਦਾਨ ਸੀ ਕੋਈ ਕੋਠਾ ਕੁਲਾ ਨਜ਼ਰ ਨਹੀਂ ਸੀ ਆਉਂਦਾ ਉਦਾ ਮੱਥਾ ਸੋਚ-ਸੋਚ ਰਹਿ ਗਿਆ ਉਹ ਖੌਰੇ ਕਿਹੜੇ ਜੰਗਲ ਚ ਸੀ ਪੂਰੋ ਬੂਏ ਕੋਲੇ ਖਲੋਤੀ ਸੀ ਕਿ ਬਾਹਰੋਂ ਦੀ ਬੂਆ ਖੋਲਿਆ ਰਸ਼ੀਦੇ ਨੇ ਅੰਦਰ ਲੰਘ ਕੇ ਅੰਦਰੋਂ ਦੀ ਬੂਆ ਬੰਦ ਕਰ ਲਿਆ ਵਿੱਚ ਜੰਦਰਾ ਮਾਰਤਾ ਉੱਥੇ ਹੀ ਬਹਿ ਗਈ ਪੂਰੋ ਐਵੇਂ ਕਾ ਨੂੰ ਬਾਹਰ ਨੂੰ ਟੱਕਰਾ ਮਾਰਨੀ ਏ ਚੱਲ ਅੰਦਰ ਕੋਈ ਬੁਰਕੀ ਮੂੰਚ ਪਾ ਤੂੰ ਦੋ ਦਿਨਾਂ ਤੋਂ ਖਾਦਾ ਕੁਛ ਨਹੀਂ ਰਸ਼ੀਦੇ ਨੇ ਖਲਿਆਂ-ਖਲਿਆਂ ਆਖਿਆ ਉੰਜ ਨਾ ਪੂਰੋ ਦਾ ਹੱਥ ਫੜ ਕੇ ਉਠਾਇਆ ਤੇ ਨਾ ਉਹਦੇ ਵਾਲ ਪਾਟ-ਪਾਟ ਪੈਂਦੀਆਂ ਅੱਖਾਂ ਨਾਲ ਤੱਕਿਆ ਮੇਰੇ ਤੇ ਤਰਸ ਕਰ ਰਸ਼ੀਦਿਆ ਮੈਨੂੰ ਘਰ ਛੱਡਾ ਪੂਰੋ ਦੇ ਪੈਰਾਂ ਤੇ ਟਹਿ ਪਈ ਐਦ ਕੀ ਰਸ਼ੀਦੇ ਨੇ ਪੂਰੋ ਨੂੰ ਆਪਣੀ ਲੱਠ ਵਰਗੀਆਂ ਜਵਾਨ ਬਾਹਾਂ ਚ ਘੁੱਟ ਲਿਆ ਮੇਰੇ ਦਿਲ ਦੀ ਅੱਗ ਨੂੰ ਕੌਣ 부ਜਾਏਗਾ ਰਸ਼ੀਦੇ ਨੇ ਹੱਥ ਪੈਰ ਮਾਰਦੀ ਪੂਰੋ ਨੂੰ ਆਪਣੀਆਂ ਬਾਹਾਂ ਚ ਨੱਪੀ ਰੱਖਿਆ ਉਹ ਵੀ ਦਿਉਂ ਲੰਘਿਆ ਉਹ ਵੀ ਰਾਤ ਲੰਘੀ ਫਿਰ ਰਸ਼ੀਦੇ ਨੇ ਉਹਨੂੰ ਕੁਛ ਨਾ ਕਿਹਾ ਬੂਆ ਉੰਜਦਾ ਉੰਜ ਬੰਦ ਸੀ ਰਸ਼ੀਦਾ ਉੰਜਦਾ ਉੰਜੋ ਦੇ ਪਹਿਰੇ ਤੇ ਸੀ ਰਸ਼ੀਦਾ ਉਸ ਘਰ ਚੋਂ ਬਾਹਰ ਵੀ ਜਾਂਦਾ ਘੰਟਾ 2 2 ਘੰਟੇ 12ਵੀਂ ਲਾ ਹੁੰਦਾ ਪੂਰੋ ਕੈਦ ਰਹਿੰਦੀ ਫਿਰ ਰਾਤ ਪ੍ਰਭਾਤ ਦੇ ਡੂੰਗੇ ਹਨੇਰਿਆਂ ਚ ਰਸ਼ੀਦਾ ਪੂਰੋ ਦਾ ਹੱਥ ਫੜ ਕੇ ਉਹਨੂੰ ਘਰੋਂ ਬਾਹਰ ਲਿਜਾਣ ਲੱਗ ਪਿਆ ਪੂਰੋ ਨੇ ਤੱਕਿਆ ਉਸ ਤੋਂ ਬਗੈਰ ਲਾਂਬ ਚਾਂਬੇ ਇਸ ਮੈਦਾਨ ਚ ਕੋਈ ਘਰ ਨਹੀਂ ਸੀ ਰਸ਼ੀਦੇ ਦੇ ਇਸ ਮਕਾਨ ਦੁਆਲੇ ਬੜਾ ਵੱਡਾ ਫੈਲਿਆ ਹੋਇਆ ਇੱਕ ਬਾਗ ਸੀ ਇਹ ਘਰ ਖਰੇ ਬਾਗ ਦੇ ਮਾਲੀਆਂ ਦਾ ਘਰ ਸੀ ਬਾਗ ਚ ਮਾਲੀ ਹੋਣਗੇ ਪਰ ਪੂਰੋ ਨੇ ਕਦੇ ਸੁਣੇ ਜਾਂ ਤੱਕੇ ਨਹੀਂ ਸਨ ਨਾ ਪੂਰੋ ਦੀਆਂ ਦਿਹਾੜਾਂ ਲੱਗਦੀਆਂ ਨਾ ਪੂਰੋ ਦੀਆਂ ਰਾਤਾਂ ਮੁੱਕਦੀਆਂ ਪੂਰੋ ਨੂੰ ਸਿਰਫ ਇੱਕੋ ਹੀ ਸ਼ੁਕਰ ਸੀ ਕਿ ਰਸ਼ੀਦ ਨੇ ਉਹਨੂੰ ਕਦੇ ਕੋਈ ਮਾੜੀ ਚੰਗੀ ਨਹੀਂ ਸੀ ਆਕੀ ਉਹਦੀ ਇੱਜ਼ਤ ਅਜੇ ਤੱਕ ਅਮਨ-ਮਾਨ ਸੀ ਭਾਵੇਂ ਉਹਦੇ ਉੱਤੇ ਨਾ ਉਹਦੀਆਂ ਮੰਨਤਾਂ ਦਾ ਅਸਰ ਹੁੰਦਾ ਸੀ ਤੇ ਨਾ ਉਹਦੀਆਂ ਗਾਲਾਂ ਦਾ ਪੂਰੋ ਦੀ ਆਪਣੀ ਸੋਚ ਮੁਤਾਬਕ ਉਹਨੂੰ ਕੈਦ ਹੋਇਆ ਪੂਰੇ 15 ਦਿਨ ਹੋ ਗਏ ਸਨ ਇੱਕ ਦਿਹਾੜੇ ਰਸ਼ੀਦ ਨੇ ਰੇਸ਼ਮ ਦਾ ਇੱਕ ਲਾਲ ਸੂਟ ਪੂਰੋ ਦੇ ਅੱਗੇ ਲਿਆ ਤਰਿਆ ਇਹ ਤੋਂ ਪਹਿਲਾਂ ਵੀ ਰਸ਼ੀਦ ਨੇ ਉਦੇ ਵਟਾਣ ਲਈ ਦੋ ਜੋੜੇ ਸੂਤੀ ਕੱਪੜਿਆਂ ਦੇ ਆਂਦੇ ਸਨ ਪਰ ਐਤਕੀ ਰਸ਼ੀਦੇ ਦੇ ਲਾਲ ਰੇਸ਼ਮ ਦਾ ਸੂਟ ਉਹਦੇ ਅੱਗੇ ਧਰਦਿਆ ਹੋਇਆ ਗਿਆ ਫਜ਼ਰੇ ਨਾਲ ਧੋਕੇ ਤਿਆਰ ਹੋ ਜਾਵੇਂ ਮੌਲਵੀ ਆ ਕੇ ਸਾਡਾ ਨਿਕਾਹ ਪੜਾ ਦੇਗਾ ਪੂਰੋ ਦਾ ਦਿਲ ਧੱਕ ਕਰਕੇ ਰਹਿ ਗਿਆ ਜਾ ਜਾਂਦੀ ਏ ਜੋ ਹੁਣ ਤੱਕ ਨਹੀਂ ਹੋਈ ਉਹ ਹੋ ਕੇ ਰਹੇਗੀ ਉਸ ਦਿਹਾੜੇ ਉਹ ਫੇਰ ਰਸ਼ੀਦੇ ਦੇ ਪੈਰਾਂ ਤੇ ਟਹਿ ਗਈ ਪੂਰੋ ਹੋਣਾ ਹਵਣਾ ਕੱਖ ਨਹੀਂ ਐਵੇਂ ਨਾ ਮੇਰਾ ਮਰੇ ਸਿਰ ਤੇ ਗੁਨਾਹਾਂ ਦਾ ਭਾਰ ਚੜਾ ਕਸਮੇ ਅੱਲਾਹ ਪਾਕ ਦੀ ਮੇਰੇ ਕੋਲੋਂ ਤੇਰਾ ਰੋਣਾ ਨਹੀਂ ਵੇਖਿਆ ਜਾਂਦਾ ਰਸ਼ੀਦੇ ਨੇ ਮੂੰਹ ਪਰਾਂ ਕਰਕੇ ਆਖਿਆ ਪੂਰੋ ਨੂੰ ਸਮਝ ਨਾ ਪਈ ਕਿ ਜੇ ਰਸ਼ੀਦਾ ਇੱਡਾ ਹੀ ਮਿਹਰਬਾਨ ਸੀ ਤਾਂ ਉਹਨੇ ਉਹਦੇ ਸਿਰ ਤੇ ਐਡਾ ਕਹਿਰ ਕਿਉਂ ਟਾਇਆ ਤੈਨੂੰ ਆਪਣੇ ਅੱਲਾਹ ਦੀ ਕਸਮ ਹੀ ਰਸ਼ੀਦਾ ਮੈਨੂੰ ਸੱਚ ਦੱਸ ਤੂੰ ਮੇਰੇ ਨਾਲ ਐਡੀ ਕਿਉਂ ਕੀਤੀ ਹੈ ਪੂਰੋ ਤੇਰਾ ਮੇਰਾ ਸਬੰਧ ਕੋਈ ਪਿਛਲੇ ਹੀ ਲੈਣੇ ਦੇਣੇ ਨੇ ਹੁਣ ਤੂੰ ਇਹਨਾਂ ਗੱਲਾਂ ਚ ਕੀ ਲੈਣਾ ਜੋ ਹੋ ਗਈ ਸੋ ਹੋ ਗਈ ਮੇਤ ਅਨੁਸਾਰੀ ਉਮਰ ਆਜ਼ਾਨੀ ਲੱਗਣ ਦੇ ਆਂਗਾ ਪੂਰਾ ਹੈਰਾਨ ਸੀ ਪਰੇਸ਼ਾਨ ਸੀ ਇਹ ਕਿਹਾ ਬੰਦਾ ਪੂਰਾ ਸਾਡੇ ਸ਼ੇਖਾਂ ਦੇ ਘਰਾਣੇ ਚ ਤੇ ਤੁਹਾਡੇ ਸ਼ਾਹਾਂ ਦੇ ਘਰਾਣੇ ਚ ਸਾਡੇ ਦਾਦਿਆਂ ਦੇ ਵੇਲੇ ਤੋਂ ਇੱਕ ਵੈਰ ਚੱਲਿਆ ਆਉਂਦਾ ਹੈ ਤੇਰੇ ਦਾਦੇ ਨੇ ਪੰਜਾਂ ਸਿਆਂ ਤੋਂ ਗਿਰਵੀ ਰੱਖੇ ਹੋਏ ਸਾਡੇ ਕੋਠੇ ਉੱਤੇ ਵਿਆਜ ਦਰ ਵਿਆਜ ਲਾਏ ਸਨ ਤੇ ਫਿਰ ਕੁਰਕੀ ਕਰਾ ਕੇ ਸ਼ੇਖਾਂ ਦੇ ਘਰਾਣੇ ਨੂੰ ਘਰੋਂ ਬੇਕਾਰ ਕੀਤਾ ਸੀ ਨਿਰਾ ਇੰਨਾ ਹੀ ਨਹੀਂ ਉਹਦੇ ਮੁੰਸ਼ੀਆਂ ਕਰਿੰਦਿਆ ਨੇ ਸਾਡੇ ਘਰ ਦੀਆਂ ਤੀਵੀਆਂ ਨੂੰ ਕਈ ਬੋਲ ਕੋ ਬੋਲ ਬੋਲੇ ਤੇ ਮੇਰੇ ਦਾਦੇ ਦੀ ਵੱਡੀ ਧੀ ਨੂੰ ਜ਼ੋਰੀਂ ਤੇਰੇ ਦਾਦੇ ਦੇ ਵੱਡੇ ਪੁੱਤਰ ਨੇ ਤਰੇ ਰਾਤਾਂ ਆਪਣੇ ਘਰ ਰੱਖਿਆ ਤੇਰੇ ਦਾਦੇ ਦੇ ਵਹਿੰਦਿਆਂ ਵਹਨੇ ਐਡਾ ਜ਼ੁਲਮ ਹੋਇਆ ਪਰ ਸ਼ੇਖਾਂ ਦਾ ਘਰਾਣਾ ਉਦੋਂ ਕਮਾਦ ਵਾਂਗ ਨਿੱਪੜਿਆ ਹੋਇਆ ਸੀ ਸਾਰੇ ਲਹੂ ਦੇ ਅਥਰੂ ਪੀ ਕੇ ਰਹਿ ਗਏ ਪਰ ਮੇਰੇ ਦਾਦੇ ਨੇ ਮੇਰੇ ਚਾਚਿਆਂ ਤਾਇਿਆਂ ਤੇ ਮੇਰੇ ਪਿਓ ਨੂੰ ਕੁਰਾਨ ਚੁਕਾ ਕੇ ਕਸਮਾਂ ਪੁਆਈਆਂ ਸੀ ਕਿ ਇਹਦਾ ਬਦਲਾ ਲੈ ਕੇ ਉਹ ਰਹਿਣਗੇ ਉਹ ਤੋਂ ਅਗਲੀ ਪੀੜੀ ਵੇਲੇ ਗੱਲ ਸੁੱਤੀ ਸੌਂਗੇ ਹੁਣ ਜਦੋਂ ਤੇਰਾ ਕਾਜ ਇਸੇ ਪਿੰਡ 'ਚ ਰਚੀਨ ਲੱਗਾ ਮੇਰੇ ਚਾਚਿਆਂ ਤਾਇਿਆਂ ਦੇ ਲਹੂ 'ਚ ਪੁਰਾਣਾ ਬਦਲਾ ਖੋਲ ਪਿਆ ਉਹਨਾਂ ਨੇ ਮੈਨੂੰ ਕਸਮਾਂ ਪੁਆਈਆਂ ਮੇਰੇ ਲਹੂ ਨੂੰ ਵੰਗਾ ਰਿਆ ਤੇ ਮੈਥੋਂ ਕਾਲ ਕਰਾਇਓ ਉਹਨੇ ਕਿ ਸ਼ਾਹਾਂ ਦੀ ਧੀ ਨੂੰ ਵਿਆਹ ਤੋਰੇ-ਉਰੇ ਕਿਸੇ ਵੀ ਦਿਨ ਤੂੰ ਚੁੱਪ ਖੜੇਗਾ ਰਸ਼ੀਦ ਦਾ ਚੁੱਪ ਕਰ ਰਿਆ ਪੂਰੋ ਸਬਰ ਨਾਲ ਆਪਣੀ ਹੋਣੀ ਦੀ ਕਹਾਣੀ ਸੁਣਦੀ ਰਹੀ ਪੂਰੋ ਪਹਿਲੇ ਹੀ ਦਿਨ ਮੈਂ ਜਦੋਂ ਤੈਨੂੰ ਤੱਕਿਆ ਰੱਬ ਗਵਾਏ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ ਇੱਕ ਮੇਰੀ ਮੁਹੱਬਤ ਦਾ ਜ਼ੋਰ ਦੂਜਾ ਮੇਰੀ ਪਿੱਠ ਤੇ ਸਾਰਾ ਛੇਕ ਘਰਾਣਾ ਮੈਂ ਤੈਨੂੰ ਲੈ ਆਇਆ ਪਰ ਮੇਰੇ ਕੋਲ ਕਸਮ ਕਰਾ ਲੈ ਮੇਰੇ ਕੋਲੋਂ ਤੇਰਾ ਦੁੱਖ ਨਹੀਂ ਵੇਖਿਆ ਜਾਂਦਾ ਰਸ਼ੀਦੇ ਨੇ ਫੇਰ ਆਖਿਆ ਪੂਰੋ ਨੇ ਦੋਹਾਂ ਹੱਥਾਂ ਚ ਆਪਣੇ ਮੱਥੇ ਨੂੰ ਕੁੱਟਿਆ ਤੇਰੀ ਭੂਆ ਨੂੰ ਮੇਰੇ ਤਾਏ ਨੇ ਚੁੱਕ ਖੜਿਆ ਪਰ ਰਸ਼ੀਦੇ ਆ ਇਹਦੇ ਚ ਮੇਰਾ ਕੀ ਦੋਸ਼ ਹਾਏ ਮੈਂ ਕਿਤੇ ਜੋਗੀ ਨਾ ਰਹੀ ਪੂਰੋ ਦਾ ਸਾਰਾ ਮੋਹਤਰ ਉਹਨਾਂ ਅਲਪੇ ਜਿਗੇ ਇਹੋ ਹੀ ਤੇ ਮੈਂ ਆਂਦਾ ਸਾਂ ਪਰ ਮੇਰੇ ਚਾਚੇ ਮੈਨੂੰ ਫਟਕਾਰਾਂ ਪਾਉਂਦੇ ਸਨ ਤੇ ਰਸ਼ੀਦਿਆ ਤੂੰ ਉਹਨਾਂ ਦੇ ਚੁੱਕੇ ਚੁਕਾਈ ਮੈਨੂੰ ਮਾਰ ਛੱਡਿਆ ਪੂਰੋ ਰੋਂਦੀ ਰੋਂਦੀ ਕਹਿ ਗਈ ਪੂਰੋ ਮੈਂ ਸਾਰੀ ਉਮਰ ਤੇਰੇ ਅੱਗੇ ਜੱਗ ਦੀਆਂ ਨੇਮਤਾਂ ਲਿਆ ਲਿਆ ਕਿ ਰੱਖਾਂਗਾ ਰਸ਼ੀਦੇ ਨੇ ਗਲਾ ਭਰ ਕੇ ਆਖਿਆ ਮੈਂ ਤੇਰੇ ਤਾਏ ਹਾਰ ਨਹੀਂ ਕਰਨ ਲੱਗਾ ਕਿ ਤਿੰਨਾਂ ਰਾਤਾਂ ਤੋਂ ਬਾਅਦ ਆਪਣੀ ਬਣਾਈ ਧ੍ਰੀ ਮਤ ਨੂੰ ਧੱਕਾ ਦੇ ਦਿਆਂ ਰਸ਼ੀਦਿਆ ਮੈਨੂੰ ਇੱਕ ਵਾਰ ਮੇਰੀ ਮਾਂ ਮਲਾ ਦੇ ਪੂਰੋ ਨੂੰ ਇਹ ਵਾੜਿਆ ਕਹਿਣ ਲੱਗੀ ਨੇਕ ਬਖਤੀ ਇਹ ਹੁਣ ਉਸ ਘਰ 'ਚ ਤੇਰੀ ਥਾਂ ਨਹੀਂ ਉਹਨਾਂ ਦੀ ਬਰਾਦਰੀ ਦਾ ਕਿਹੜਾ ਹਿੰਦੂ ਫਿਰ ਸ਼ਾਹਾਂ ਦੇ ਘਰ ਦਾ ਪਾਣੀ ਪੀਏਗਾ। ਤੋਂ ਮੇਰੇ ਘਰ ਪੂਰੇ 15 ਦਿਨ ਰਹਿ ਚੁੱਕੇ। ਪਰ ਮੈਂ ਤੇਰੇ ਘਰ ਦਾ ਸਿਰਫ ਅੰਨ ਪਾਣੀ ਮੂੰਹ ਲਾਇਆ ਮੈਂ। ਪੂਰੋ ਅੱਗੋਂ ਨਾ ਕਹਿ ਸਕੀ ਪਰ ਰਸ਼ੀਦਾ ਸਮਝ ਗਿਆ ਜੋ ਪੂਰੋ ਨੇ ਕਹਿਣਾ ਸੀ। ਇਸ ਗੱਲ ਨੂੰ ਕੌਣ ਮੰਨੇਗਾ ਪੂਰੋ? ਇਹ ਤਾਂ ਮੇਰੀ ਸ਼ਰਾਫਤ ਹੈ ਕਿ ਪਹਿਲਾਂ ਮੈਂ ਤੇਰੇ ਨਾਲ ਨਿਕਾਹ ਪੜਾਵਾਂਗਾ। ਰਸ਼ੀਦੇ ਨੇ ਨਰਮ ਜੀ ਅੱਖਾਂ ਨਾਲ ਪੂਰੋ ਵੱਲ ਤੱਕਿਆ। ਪੂਰੋ ਦਾ ਦੇ ਜੀ ਚ ਆਇਆ ਵੀ ਉਹਦਾ ਮੰਗੇਤਰ ਫਿਰ ਗਿਆ। ਉਹਨੂੰ ਤੇਲ ਚੜਨਾ ਸੀ ਉਹਨੂੰ ਮਾਈਆਂ ਪਹਿਣਾ ਸੀ ਉਹਨੇ ਹਲਦੀ ਵਾਲਾ ਵਟਣਾ ਮਲਣਾ ਸੀ ਉਹਨੇ ਸੁੱਚੇ ਦੰਦ ਦਾ ਲਾਲ ਚੂੜਾ ਚੜਾਣਾ ਸੀ ਉਹਨੇ ਕੌਡੀਆਂ ਵਾਲੇ ਕਲੀਰੇ ਛਣਕਾਣੇ ਸਨ ਉਹਨੇ ਸੁੱਚੇ ਤੇਵਰ ਪਾਣੇ ਸਨ ਉਹਨੂੰ ਰੂਪ ਚੜਨਾ ਸੀ ਉਹਨੇ ਡੋਲੀ 'ਚ ਪਹਿਣਾ ਸੀ ਉਹ 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 ਬੇਗਨਾ ਸੀ ਉਹ ਮੰਨ ਨਹੀਂ ਸੀ ਸਕਦੀ ਕਿ ਕਿਵੇਂ ਉਹਦੀ ਮਾਂ ਪੱਥਰ ਹੋ ਜਾਏਗੀ ਕਿਵੇਂ ਉਹਦਾ ਪਿਓ ਲੋਹਾ ਬਣ ਜਾਏਗਾ ਕਿਵੇਂ ਆਪਣੀ ਧੀ ਨੂੰ ਆਪਣੇ ਘਰੋਂ ਤਰਕਾਰ ਦੇਣਗੇ ਕਿਵੇਂ ਉਹਦੇ ਘਰ ਦੀਆਂ ਮੁਹਾਟਾਂ ਉਹਨੂੰ ਅੰਦਰ ਵੜਨ ਤੋਂ ਇਨਕਾਰ ਕਰ ਦੇਣਗੀਆਂ ਉਹਨਾ ਮੇਰੇ ਮਾਪਿਆਂ ਦਾ ਕੀ ਹਾਲ ਹੋਇਆ ਹੋਵੇਗਾ ਜਦੋਂ ਮੈਂ ਘਰ ਨਾਲ ਪਹੁੰਚੀ ਹੋਵਾਂਗੀ ਮੇਰੀ ਭੈਣ ਪੂਰਨ ਨੂੰ ਉਹ ਵੇਲਾ ਯਾਦ ਆ ਗਿਆ ਜਿਸ ਵੇਲੇ ਹੋਣੀ ਉਹਦੇ ਸਿਰ ਤੇ ਢੈਪੀ ਸੀ ਕੋਰੋਂ ਦੇ ਪਿੱਟਦੇ ਰਹੇ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਮੇਰਾ ਚਾਚਾ ਤੇ ਮੇਰਾ ਪਿਓ ਚਾਚੇ ਮੇਰੀ ਫੁੱਫੀ ਦੇ ਚਲੇ ਜਾਣ ਵੇਲੇ ਪੁਲਿਸ ਵੀ ਬਥੇਰਾ ਪਹੁੰਚ ਆਉਣ ਲੱਥੀ ਪਰ ਉਹਨਾਂ ਨੂੰ ਕੋਈ ਸੌ ਨਹੀਂ ਲੱਗ ਸਕੀ ਲੱਗ ਵੀ ਕਿਵੇਂ ਸਕਦੀਏ ਪੁਲਿਸ ਨੇ ਪੂਰਾ 500 ਰੁਪਇਆ ਖਾਦਾ ਰਸੀਦੇ ਦੀ ਮੁਸਕੜੀ ਨਿਕਲ ਗਈ ਤੂੰ ਜਾਣੀ ਐ ਇਸ ਵੇਲੇ ਸਾਡਾ ਪਾਸਾ ਪਰਾ ਹੈ ਪਿੰਡ ਸਾਰਾ ਮੁਸਲਕਾ ਹੈ ਕੋਈ Hindu ਦਾ ਜਣਾ ਅੱਖ ਚੁੱਕ ਕੇ ਸਾਡੇ ਵੱਲ ਵੇਖ ਨਹੀਂ ਸਕਦਾ ਇੰਨਾ ਹੀ ਖੈਰ ਏ ਕਿ ਉਹਨਾਂ ਦੀ ਜਾਨ ਮਾਲ ਸਲਾਮਤ ਏ ਉਹਨਾਂ ਨੂੰ ਆਪਣੇ ਸਿਰ ਲੋੜੀਂਦੇ ਨੇ ਉਹ ਬਿਰਕ ਨਹੀਂ ਸਕਦੇ ਜੇ ਉਹ ਸਾਡੇ ਘਰ ਵਾਲ ਉਂਗਲ ਕਰਦੇ ਤਾਂ ਸਾਡੇ ਬੰਦੇ ਉਹਨਾਂ ਨੂੰ ਖਾ ਲੋ ਨਾ ਪਾਰ ਟੱਪਣ ਦੇਂਦੇ ਰਸ਼ੀਦੇ ਨੇ ਕੁਝ ਹੱਸ ਕੇ ਆਖਿਆ ਸ਼ਾਇਦ ਉਹਦੇ ਵਿੱਚ ਪੁਰਾਣੇ ਬਦਲੇ ਦੀ ਅੱਗ ਜਾਗਦੀ ਪਈ ਸੀ ਪੂਰੋ ਨੂੰ ਰਸ਼ੀਦੇ ਦੇ ਮੂੰਹ ਨਾਲ ਇੱਕ ਤਿੱਖੀ ਜਿਹੀ ਨਫ਼ਰਤ ਆਈ ਉਹਦਾ ਜਨਮ ਗਿਆ ਜਹਾਨ ਗਿਆ ਸ਼ਾਇਦ ਉਹਦੇ ਮਾਪਿਓ ਛਤੋਆਣੀ ਨੂੰ ਆਪਣੀ ਧੀ ਦੀ ਬਲੀ ਦੇ ਕੇ ਮੁਰ ਸਿਆਮ ਪਰਤ ਗਏ ਹੁਣ ਮੇਰੇ ਮਾਪਿਓ ਸਿਆਮ ਟਰ ਗਏ ਨੇ ਪੂਰੋ ਨੇ ਲਲਕੜੀ ਲੈ ਕੇ ਪੁੱਛਿਆ ਨਹੀਂ ਅਜੇ ਨਹੀਂ ਰਸ਼ੀਦੇ ਨੇ ਦਸ ਛੱਡਿਆ ਮੈਂ ਕਿੱਥੇ ਰਹਿਨੀ ਆ ਆਪਣੇ ਪਿੰਡੋਂ ਕਿੱਡੀ ਕ ਦੂਰ ਪੂਰੋ ਨੇ ਉਸੇ ਲਲਕੜੀ 'ਚ ਪੁੱਛਿਆ ਤੂੰ ਆਪਣੇ ਪਿੰਡ ਦੇ ਪਿਛਲੇ ਬੰਨੇ ਮਾਗੋ ਘੀਆਂ ਦੇ ਖੂਹ ਤੋਂ ਪਾਰ ਮੇਰੇ ਆਪਣੇ ਬਾਗ 'ਚ ਪਰ ਤੂੰ ਸ਼ਾਇਦ ਆਪਣੇ ਪਿੰਡ ਜਾਣ ਦਾ ਸੁਪਨਾ ਲੈਂਦੀ ਹੋਵੇਂਗੀ ਅਜੇ ਨਹੀਂ ਜਰਾ ਠਹਿਰ ਠਰਾ ਮਾਹੌਲੇ 6 ਮਹੀਨੇ ਠਹਿਰ ਕੇ ਉੱਥੇ ਵੀ ਲੈ ਚਲਾਂਗਾ ਰਸ਼ੀਦ ਦੇ ਦੀ ਮੁਸਕੜੀ ਨਿਕਲ ਗਈ ਪੂਰੋ ਗੁੰਮ ਦੀ ਗੁੰਮ ਹੋ ਗਈ ਰਸ਼ੀਦ ਨੇ ਚੌਲਾਂ ਦੇ ਮਿੱਠੇ ਪੁਲਾ ਦੀ ਕਿ ਤਸ਼ਤਰੀ ਭਰ ਕੇ ਉਸ ਅੱਗੇ ਲਿਆ ਧਰੀ ਰਸ਼ੀਦਾ ਜਦੋਂ ਬਾਹਰ ਜਾਂਦਾ ਸੀ ਖੋਰੇ ਕਿਸੇ ਦੇ ਹੱਥੋਂ ਆਪਣੇ ਪਿੰਡੋਂ ਪਕਵਾਨ ਮੰਗਵਾ ਭੇਜਦਾ ਸੀ ਪੂਰੋ ਨੂੰ ਕੁਝ ਪਤਾ ਨਹੀਂ ਸੀ ਉਸ ਦਿਨ ਪੂਰੋ ਦੇ ਮਨ 'ਚ ਕੁਝ ਪੱਕਦਾ ਪਿਆ ਸੀ ਉਹਦੀ ਹਿੰਮਤ ਉਹਨੂੰ ਜਵਾਬ ਨਾ ਦੇ ਜਾਈ ਪੂਰੋ ਨੇ ਚੌਲਾਂ ਦੀਆਂ ਦੋ ਚਾਰ ਬੁਰਕੀਆਂ ਆਪਣੇ ਅੰਦਰ ਨਿਕਲ ਲਈਆਂ ਪਾਣੀ ਵੀ ਘੁੱਟ-ਘੁੱਟ ਕਰਕੇ ਪੂਰਾ ਕਟੋਰਾ ਪੀ ਲਿਆ ਉਸ ਰਾਤ ਪੂਰੋ ਨੇ ਸਾਰਾ ਤਰਾਨ ਲਾ ਕੇ ਮਨ ਨੂੰ ਇਕੱਠਿਆਂ ਕੀਤਾ ਰਸ਼ੀਦੇ ਦੇ ਸਰਾਣੇ ਬੂਏ ਦੀ ਕੁੰਜੀ ਪਈ ਸੀ ਪੂਰੋ ਨੇ ਛੋਪੜੇ ਚੁੱਕੇ ਬੂਆ ਖੋਲਿਆ ਉਹਦਾ ਕਲੇਜਾ ਧੜਕ-ਧੜਕ ਜਾਂਦਾ ਰਸ਼ੀਦਾ ਹੁਣੇ ਜਾਗਿਆ ਕਿ ਜਾਗਿਆ ਪਰ ਉਹਦੀ ਖੋਟੀ ਜਾਂ ਖਰੀ ਕਿਸਮਤ ਨੇ ਨੂੰ ਰਸ਼ੀਦਾ ਜਾਗਿਆ ਕੋਈ ਨਾ ਬਾਹਰਲੀ ਰਾਤ ਦੇ ਸਨਾਟੇ ਨੂੰ ਵੇਖ ਕੇ ਪੂਰੋ ਕੰਬ ਕੰਬ ਪਈ ਇੱਕ ਵਾਰ ਉਹਦਾ ਜੀ ਕੀਤਾ ਪਛਾਂ ਰਸ਼ੀਦੇ ਕੋਲ ਹੀ ਮੁੜ ਪਵੇ ਖਰੇ ਉਹ ਰਾਤ ਦੇ ਹਨੇਰੇ ਚ ਛੱਤੋਂ ਆਣੀ ਦਾ ਰਾਹ ਵੀ ਲੱਭ ਸਕੇਗੀ ਕਿ ਨਾ ਖਰੇ ਰਾਤ ਦੇ ਹਨੇਰੇ ਚ ਉਹ ਰਸ਼ੀਦੇ ਤੋਂ ਵੀ ਗਏ ਗੁਜ਼ਰੇ ਕਿਸੇ ਕਮੀ ਕਮੀਣ ਦੇ ਹੱਥ ਪੈ ਜਾਏਗੀ ਖਰੇ ਉਹਦੀ ਕੀ ਬਾਬ ਹੋਏਗੀ ਭਰਪੂਰੋਂ ਨੂੰ ਮਾਂ ਦਾ ਮੂੰਹ ਯਾਦ ਆਇਆ ਉਹਨੂੰ ਭੈਣ ਭਰਾ ਯਾਦ ਆਏ ਉਹਨੇ ਐਵੇਂ ਮਾਗੋਕੀਆਂ ਦੇ ਖੁਦ ਹੀ ਸੇਧ ਜਾਣੀ ਤਰਹੰਦੀ ਤੇ ਕੰਬਦੀ ਉਹ ਧੁਰੀ ਗਈ ਰਾਤ ਦਾ ਡੂੰਗਾ ਹਨੇਰਾ ਫਟ ਗਿਆ ਹੋਇਆ ਸੀ ਮਾਗੋਕੀਆਂ ਦੇ ਖੁਦ ਹੀ ਸੇਧ ਠੀਕ ਸੀ ਉਹਨੇ ਹਨੇਰੇ ਹੀ ਹਨੇਰੇ ਚ ਛੱਤੋਂ ਆਣੀ ਪਿੰਡ ਦੀ ਪਿੱਠ ਪਛਾਤੀ ਹੁਣ ਉਹ ਨਾ ਇਧਰ ਦੀ ਸੀ ਨਾ ਉਧਰ ਦੀ ਉਹਨੇ ਰਹਿੰਦੇ ਖੁੰਦੇ ਜ਼ੋਰ ਨੂੰ ਪੈਰਾਂ ਚ ਪਾਇਆ ਨਸੀ ਗਈ ਉਹਨੇ ਛਤੋਂ ਆਣੀ ਪਿੰਡ ਨੂੰ ਪਛਾਤਾ ਉਹਨੇ ਆਪਣੇ ਘਰ ਵੱਲ ਮੁੜਦੀ ਗਲੀ ਪਛਾਤੀ ਉਹਨੇ ਪਤਲੇ ਹੁੰਦੇ ਜਾਂਦੇ ਨੇਰੇ 'ਚ ਆਪਣੇ ਘਰ ਦੀਆਂ ਮੁਹਾਟਾਂ ਪਛਾਤੀਆਂ ਉਹਨੇ ਬੂਹਾ ਠਕੋ ਰਿਆ ਜਿਉਂ ਹੀ ਕਿਸੇ ਨੇ ਅੰਦਰੋਂ ਦੀ ਪਿੱਤ ਖੋਲੇ ਉਹ ਆਪਣੀ ਡਿਊਟੀ 'ਚ ਫਰਸ਼ ਤੇ ਟਹਿ ਪਈ ਉਹਨੇ ਆਪਣੇ ਬਲ ਦਾ ਆਖਰੀ ਕਿਣਕਾ ਵੀ ਖਰਚ ਛੱਡਿਆ ਸੀ ਹੁਣ ਉਹਨੇ ਦੌੜ ਦੌੜ ਕੇ ਫਾਫੂਕੇ ਦਾਇਆਂ ਹੱਥ ਲਾ ਲਿਆ ਸੀ ਤੇ ਹੁਣ ਉਹਦਾ ਤ੍ਰਾਣ ਜਿਵੇਂ ਮੁੱਕ ਗਿਆ ਸੀ ਪੂਰੋਂ ਨੇ ਹਨੇਰਾ ਖਾਂਦੀਆਂ ਅੱਖਾਂ ਨਾਲ ਤੱਕਿਆ ਉਹਦੀ ਮਾਂ ਉਹਦਾ ਪਿਓ ਦੀਵਾ ਹੱਥ 'ਚ ਲੈ ਕੇ ਉਹਦੇ ਦੁਆਲੇ ਖਲੋਤੇ ਸਨ ਪੂਰੋ ਇੱਕ ਜ਼ਖਮੀ ਜਾਨਵਰ ਵਾਂਗ ਦਿਉੜੀ ਦੇ ਕੱਚੇ ਫਰਸ਼ ਤੇ ਸਿਸਕਣ ਲੱਗ ਪਈ ਉਹਨੇ ਵੇਖਿਆ ਉਹਦੀ ਮਾਂ ਦੀਆਂ ਅੱਖਾਂ 'ਚ ਪਾਣੀ ਦੀਆਂ ਕਰਾਲਾਂ ਪਈਆਂ ਵਗਦੀਆਂ ਸਨ ਮਾਂ ਨੇ ਟੱਠੀ ਪਈ ਪੂਰੋ ਨੂੰ ਆਪਣੀ ਲੱਤਾਂ ਤੇ ਪਾ ਲਿਆ ਉਹਨੇ ਮਾਂ ਦੀ ਛਾਤੀ ਨਾਲ ਇਸ ਤਰ੍ਹਾਂ ਆਪਣੇ ਮੱਥੇ ਨੂੰ ਜੋੜਿਆ ਜਿਵੇਂ ਟੁੱਟੀਆਂ ਹੋਈਆਂ ਆਂਦਰ ਹੁਣੇ ਜੁੜ ਜਾਣਗੀਆਂ ਫਿਰ ਪੂਰੋ ਦੀ ਮਾਂ ਦੀਆਂ ਡਾਡਾਂ ਨਿਕਲ ਗਈਆਂ ਲੋਕੀ ਹੁਣ ਇਕੱਠੇ ਹੋ ਜਾਣਗੇ ਉਹਦੇ ਪਿਓ ਨੇ ਆਪਣੀ ਤ੍ਰੀਮਤ ਦਾ ਮੋਢਾ ਹਲਾਇਆ ਉਹਦੀ ਮਾਂ ਨੇ ਪੱਲੇ ਦੀ ਝੂਕ ਇਕੱਠੀ ਕਰਕੇ ਆਪਣੇ ਮੂੰਹ 'ਚ ਧੁੰਨ ਲਈ ਧੀਏ ਤੇਰੀ ਕਿਸਮਤ ਹੁਣ ਸਾਡੇ ਵਾਸਤ ਕੁਛ ਨਹੀਂ ਉਹਨੂੰ ਆਪਣੇ ਪਿਓ ਦੀ ਆਵਾਜ਼ ਆਈ ਉਹ ਮਾਂ ਨਾਲ ਚੰਬੜੀ ਰਹੀ ਹੁਣ ਇਹ ਸ਼ੇਖਾ ਕੇ ਆ ਜਾਣਗੇ ਤੇ ਸਾਡਾ ਘਾਣ ਬੱਚਾ ਪੀੜ ਦੇਣਗੇ ਮੈਨੂੰ ਲੈ ਕੇ ਸਿਆਮ ਟੁਰ ਛਲੋ ਪੂਰੋ ਨੇ ਸਿਰ ਮਾਂ ਦੀ ਛਾਤੀ ਨਾਲ ਲਾਇਆ ਤੇ ਪੂਰੇ ਦਾਈਏ ਨਾਲ ਗਿਆ ਅਸੀਂ ਤੈਨੂੰ ਕਿੱਥੇ ਰੱਖਾਂਗੇ ਕੌਣ ਤੈਨੂੰ ਵਿਆਹ ਕੇ ਖੜੇਗਾ ਤੇਰਾ ਧਰਮ ਗਿਆ ਤੇਰਾ ਜਨਮ ਗਿਆ ਅਸੀਂ ਜੇ ਬਿਰਕੀਏ ਤਾਂ ਸਾਡੇ ਇੱਥੇ ਲਹੂ ਦੀ ਛਿਟ ਵੀ ਨਹੀਂ ਲੱਭਣੀ ਹਾਏ ਮੈਨੂੰ ਆਪਣੇ ਹੱਥੀ ਮਾਰ ਛੱਡੋ ਪੂਰਨ ਨੇ ਤੜਪ ਕੇ ਆਖਿਆ ਧੀਏ ਜੰਮ ਦੀ ਮਰ ਜਾਂਦੀ ਹਾਂ ਹੁਣ ਇੱਥੋਂ ਟੁਰ ਜਾ ਹੁਣੇ ਸ਼ੇਖ ਆਉਂਦੇ ਹੋਣਗੇ ਤੇਰੇ ਪਿਓ ਭਰਾ ਦਾ ਕਿਤੇ ਵੀ ਨਹੀਂ ਲੱਭਣਾ ਉਹ ਸਾਰਿਆਂ ਨੂੰ ਮਾਰ ਛੱਡਣਗੇ ਮਾਂ ਨੇ ਖੋਰੇ ਕਿਹੜਾ ਪੱਥਰ ਦਿਲ ਉੱਤੇ ਰੱਖ ਕੇ ਗੱਲ ਆਖੀ ਪੂਰੋ ਨੂੰ ਚੇਤੇ ਆਇਆ ਰਸ਼ੀਦਾ ਆਂਦਾ ਸੀ ਨੇਕ ਬਖਤੀਏ ਹੁਣ ਉਸ ਘਰ ਚ ਤੇਰੀ ਥਾਂ ਨਹੀਂ ਕਿ ਰਸ਼ੀਦਾ ਸੱਚੀ ਆਂਦਾ ਸੀ ਪੂਰੋ ਨੂੰ ਇੱਕ ਵਾਰ ਆਪਣਾ ਮੰਗੇਤਰ ਰਾਮਚੰਦ ਚੇਤੇ ਆਇਆ ਮੰਗਣੀ ਕੀਤੀ ਵਿਆਹ ਕੀ ਕਿ ਉਹ ਦੀ ਕੁਝ ਨਹੀਂ ਸੀ ਲੱਗਦੀ ਉਹਨੇ ਉਹਦੀ ਬਾਤ ਵੀ ਨਾ ਪੁੱਛੀ ਫੇਰ ਉਹਦਾ ਜੀਉਣ ਨੂੰ ਜੀ ਨਾ ਕੀਤਾ ਉਹਨੇ ਸੋਚਿਆ ਹੋਰ ਤੇ ਸਾਰੇ ਰਾਹ ਬੰਦ ਸਨ ਸ਼ਾਇਦ ਮੌਤ ਦਾ ਰਾਹ ਖੁੱਲ੍ਹਾ ਹੋਵੇ ਉੱਠ ਕੇ ਬਾਹਰ ਵੱਲ ਤੁਰ ਪਈ ਨਾ ਮਾਂ ਨੇ ਫੜਿਆ ਨਾ ਪਿਓ ਨੇ ਫੜਿਆ ਪੂਰੋ ਤੁਰ ਹੀ ਗਈ ਆਉਂਦੀ ਵਾਰ ਉਹ ਜ਼ਿੰਦਗੀ ਨੂੰ ਮਿਲਣ ਆਉਂਦੀ ਪਈ ਸੀ ਉਹਦੇ 'ਚ ਲਾਲਸਾ ਸੀ ਜਿਉਣ ਦੀ ਮਾਪਿਓ ਨੂੰ ਮਿਲਣ ਦੀ ਉਹ ਡਾਡੀ ਤੇਹਂਦੀ ਆਈ ਸੀ ਵਾਪਸ ਜਾਂਦੀ ਵਾਰੀ ਉਹ ਮੌਤ ਨੂੰ ਮਿਲਣ ਚੱਲੀ ਸੀ ਹੁਣ ਉਹਦੇ 'ਚ ਕੋਈ ਡਰ ਭਉ ਨਹੀਂ ਸੀ ਮੌਤ ਤੋਂ ਵੱਧ ਕੇ ਨੇ ਕੀ ਕਰ ਲੈਣਾ ਸੀ ਉਹ નિਸ਼ੰਗ ਮਾਗੋਕਿਆਂ ਦੇ ਖੂਵਲ ਜਾਂਦੀ ਪਈ ਸੀ ਸਵੇਰ ਦਾ ਨਵਾਂ ਚਾਨਣ ਸਾਰਿਆਂ ਰਾਵਾਂ ਤੇ ਡੁੱਲ੍ਹਾ ਹੋਇਆ ਸੀ ਸਾਹਮਣੇ ਉਹ ਰਸ਼ੀਦਾ ਵਾਹ ਉਦਾਈ ਲਗਾ ਹੁੰਦਾ ਸੀ ਪੂਰੋ ਦੇ ਪੈਰ ਜੰਮ ਗਏ ਮੌਤ ਨੇ ਵੀ ਪੂਰੋ ਕੋਲੋਂ ਆਪਣਾ ਦਰਵਾਜ਼ਾ ਭੇੜ ਲਿਆ ਸੀ ਪੂਰੋ ਨੂੰ ਜਾਪਿਆ ਉਹਦੇ ਪਿੰਡੇ ਉੱਤੋਂ ਇਹਨਾਂ 15 ਦਿਨਾਂ ਨੇ ਸਾਰਾ ਮਾਸ ਲਾ ਲਿਆ ਸੀ ਹੁਣ ਉਹ ਇੱਕ ਪਿੰਜਰ ਦਾ ਪਿੰਜਰ ਸੀ ਜਿਹਦੀ ਨਾ ਕੋਈ ਸ਼ਕਲ ਸੀ ਨਾ ਸੂਰਤ ਨਾ ਕੋਈ ਮਨ ਨਾ ਕੋਈ ਮਰਜ਼ੀ ਰਸ਼ੀਦੇ ਨੇ ਆ ਕੇ ਉਹਦੀ ਬਾਹ ਫੜ ਲਈ ਉਹਦੇ ਨਾਲ ਨਾਲ ਹੋ ਤਰੀ ਉਤੋ ਤ੍ਰੀਏ ਦਿਹਾੜੇ ਇੱਕ ਮੌਲਵੀ ਆਇਆ ਦੋ ਤਰੇ ਬੰਦੇ ਹੋਰ ਆਏ ਉਹਨਾਂ ਪੂਰੋ ਦਾ ਰਸ਼ੀਦੇ ਨਾਲ ਨਿਕਾਹ ਪੜ ਦਿੱਤਾ ਫਿਰ ਆਪੇ ਰਸ਼ੀਦੇ ਨੇ ਪੂਰੋ ਨੂੰ ਦੱਸਿਆ ਕਿ ਉਹਦੇ ਮਾਪਿਓ ਖੈਰੀ ਮੇਰੀ ਸਿਆਮ ਤੁਰ ਗਏ ਸਨ ਤੇ ਛੱਤੋ ਦਾ ਨਾਂ ਛੱਤੋ ਆਣੀ ਦਾ ਨਾਂ ਲੈਂਦੇ ਆ ਵੀ ਪੂਰੋ ਨੂੰ ਘੇਰਨੀ ਪੈਂਦੀ ਸੀ ਰਸ਼ੀਦਾ ਵੀ ਇਸ ਗੱਲ ਨੂੰ ਸਮਝਦਾ ਸੀ ਨਾਲੇ ਛੱਤੋ ਹਾਣੀ 'ਚ ਉਹਨੂੰ ਲਜਾਣਾ ਵੀ ਖਤਰੇ ਵਾਲਾ ਸੀ ਸ਼ਹਿਦ ਰਸ਼ੀਦਾ ਸੋਚਦਾ ਸੀ ਉੱਥੋਂ ਦੇ ਜਾਂ ਨਾਲ ਦੇ ਪਿੰਡਾਂ ਦੇ ਹਿੰਦੂ ਨਾ ਭੜਕ ਪੈਣ ਭਾਵੇਂ ਉਹਦੋਂ ਤੱਕ ਮਹੀਨਾ ਪੱਕਾ ਹੋਣ ਵਾਲਾ ਸੀ ਕਿਸੇ ਦੀ ਜੁਰਤ ਨਹੀਂ ਸੀ ਪਈ ਬਿਰਕ ਸਕੇ ਨਾਲੇ ਪਰਾਈ ਅੱਗ ਚ ਕੌਣ ਪੈਂਦਾ ਹੈ ਅਗਲਿਆਂ ਦੀ ਪੀੜ੍ਹੀਆਂ ਦੇ ਵੈਰ ਸਨ ਕਿਸੇ ਪਾ ਲੈ ਕਿਸੇ ਕੱਢ ਲੈ ਰਸ਼ੀਦੇ ਦੀ ਕੋਈ ਭੈਣ ਜਾਂ ਮਾਂ ਜਿਉਂਦੀ ਨਹੀਂ ਸੀ ਸਿਰ ਭਰੇ ਭਰਾ ਹੈ ਸਨ ਚਾਚੇ ਹੈ ਸਨ ਰਸ਼ੀਦੇ ਨੇ ਪੂਰੋਂ ਨੂੰ ਕਿਹਾ ਵੀ ਉਹ 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 ਨੂੰ ਉਥੋਂ ਕੋਹਾਂ ਦੂਰ ਇੱਕ ਪਿੰਡ ਸੱਕੜ ਵਾਲੇ ਆਪਣੇ ਦਾਦੇ ਪਰੋਤੀਆਂ ਭਰਾ ਲੱਗਦੇ ਰਹੀਮੇ ਦੀਆਂ ਜ਼ਮੀਨਾਂ ਤੇ ਲੈ ਜਾਏਗਾ ਸ਼ਾਇਦ ਉਹਦੀ ਕੁਝ ਜ਼ਮੀਨ ਨੂੰ ਵੀ ਆਪਣੀ ਜ਼ਮੀਨ ਨਾਲ ਵਟਾ ਲਵੇ ਹੁਣ ਪੂਰੋ ਹੋਣੀ ਦੇ ਹਰ ੱੱੱਕੇ ਵਾਸਤੇ ਤਿਆਰ ਸੀ ਸਕੇ ਮਾਪਿਓ ਕੋਲੋਂ ੱੱੱਕੀ ਗਈ ਤਾਂ ਪਿੰਡਾਂ ਚ ਕੀ ਪਿਆ ਸੀ ਇੱਥੇ ਨਾ ਸੀ ਉੱਥੇ ਸਈ ਰਸ਼ੀਦੇ ਨੇ ਆਪੇ ਹੀ ਘਰ ਦੇ ਮੋਰੀ ਵਾਂਗਣ ਦੋ ਤਰੇ ਟਰੰਕੀਆਂ ਆਂਦੀਆਂ ਹੋਰ ਕੁਝ ਨਿੱਕੜ ਸੁੱਕੜਾਂਦਾ ਤੇ ਪੂਰੋ ਨੂੰ ਸੱਕੜ ਵਾਲੇ ਲੈ ਤੁਰਿਆ ਰਾਵਾਂ ਤੇ ਜਿਵੇਂ ਕੋਈ ਅੱਖਾਂ ਮੀਟ ਕੇ ਤੁਰਦਾ ਔਰ ਰਸ਼ੀਦੇ ਦੇ ਸੰਗ ਸੰਗ ਨਵੇਂ ਪਿੰਡ ਚ ਆ ਗਈ ਨਵੇਂ ਪਿੰਡ ਚ ਪਹੁੰਚਦੇ ਹੀ ਪੂਰੋ ਤੇ ਰਸ਼ੀਦੇ ਨੂੰ ਵੱਖਰਾ ਕੋਠਾ ਮਿਲ ਗਿਆ ਸ਼ਾਦਰ ਰਸ਼ੀਦੇ ਨੇ ਪਹਿਲਾਂ ਹੀ ਰਹੀਮੇ ਨੂੰ ਕਹਿ ਕਹਾ ਕੇ ਬਣਤ ਬਣਾ ਛੱਡੀ ਸੀ ਰਹੀਮੇ ਹੋਰਾਂ ਦੇ ਘਰ ਉਹਨਾਂ ਤੋਂ ਚੌਕੀ ਦੂਰ ਸੀ ਪਰ ਜਦੋਂ ਰਹੀਮੇ ਹੋਰਾਂ ਦੇ ਘਰ ਦੀਆਂ ਤ੍ਰਿਮਤਾ ਉਹਨੂੰ ਮਿਲਣ ਆਈਆਂ ਤਾਂ ਪਹਿਲੀ ਵਾਰ ਸੀ ਜਦੋਂ ਪੂਰੋ ਨੂੰ ਰਸ਼ੀਦੇ ਦੇ ਰਿਸ਼ਤੇਦਾਰਾਂ ਚੋਂ ਤ੍ਰਿਮਤ ਨਾਲ ਵਾਪਿਆ ਪੂਰੋ ਇੱਕ ਗਵਾਚੀ ਹੋਈ ਬੱਚੀ ਵਾਂਗ ਉਹਨਾਂ ਕੋਲ ਬੈਠੀ ਰਹੀ ਪਰ ਉਹਨਾਂ ਭਲੀਆਂ ਲੋਕਾਂ ਨੇ ਪੂਰੋ ਨੂੰ ਬਹੁਤੀ ਪੁੱਛਗਿੱਛ ਨਾ ਕੀਤੀ ਨਿੱਕੀਆਂ ਮੂਟੀਆਂ ਕਰਦੀਆਂ ਲੋੜਾਂ ਥੋੜਾਂ ਪੁੱਛਦੀਆਂ ਰਹੀਆਂ ਰਸ਼ੀਦਾ ਉਦੋਂ ਤੱਕ ਪੂਰੋ ਨੂੰ ਪੂਰੋ ਹੀ ਸਾਦਾ ਸੀ ਨਿਕਾਹ ਵੇਲੇ ਦਾ ਰੱਖਿਆ ਹੋਇਆ ਦਾ ਨਾਂ ਹਮੀਦਾ ਜੀ ਉਹਦੀ ਜ਼ੁਬਾਨੇ ਨਹੀਂ ਸੀ ਚੜਿਆ ਇੱਕ ਦਿਨ ਚਾਂਦ ਚੱਕ ਰਸ਼ੀਦਾ ਇੱਕ ਬੰਦੇ ਨੂੰ ਘਰ ਲਿਆਇਆ ਉਹ ਬਾਹਾਂ ਉੱਤੇ ਔਰਤਾਂ ਮਰਦਾਂ ਦੇ ਨਾਂ ਖੁਣਦਾ ਸੀ ਉਸ ਦਿਨ ਪੂਰੋ ਦੇ ਕਲੇਜੇ 'ਚ ਫੇਰ ਬੁਲੇਟ ਪਿਆ ਜਿਵੇਂ ਰਸ਼ੀਦਾ ਨੇ ਆਖਿਆ ਉਹਨੇ ਬਾਹ ਅੱਗੇ ਕਰ ਦਿੱਤੀ ਤੇ ਉਹਦੀ ਖੱਬੀ ਬਾਹਂ ਤੇ ਹਮੀਦਾ ਡੂੰਗੇ ਸਾਵੇ ਅੱਖਰਾਂ 'ਚ ਖੁਣਿਆ ਗਿਆ ਰਸ਼ੀਦਾ ਵੀ ਉਹਨ ਉਸ ਦਿਨ ਤੋਂ ਹਮੀਦਾ ਸੱਦਣ ਲੱਗ ਪਿਆ ਖਰੇ ਸਲਾ ਰਹੀਮ ਦੇ ਰਹੀਮ ਕਿਉਂਾਂ ਦੀ ਸੀ ਪੂਰੋ ਹੁਣ ਹਮੀਦਾ ਬਣ ਗਈ ਸੀ ਪਰ ਅੱਜ ਤੱਕ ਜਦੋਂ ਰਾਤ ਨੂੰ ਪੂਰੋ ਸੌਂ ਜਾਂਦੀ ਉਹਦੇ ਸੁਪਨਿਆਂ ਚ ਉਹਨੂੰ ਸਹੇਲੀਆਂ ਮਿਲਦੀਆਂ ਉਹਦੇ ਸੁਪਨਿਆਂ ਚ ਮਾਪਿਓ ਦੇ ਘਰ ਖੇਡਦੀ ਮਲਦੀ ਹੁੰਦੀ ਸਾਰੇ ਉਹਨੂੰ ਪੂਰੋ ਸੱਦਦੇ ਪੂਰੋ ਇੱਕ ਦਿਨ ਦੇ ਚਾਨਣ ਚ ਹਮੀਦਾ ਬਣਦੀ ਪੂਰੋ ਰਾਤ ਦੇ ਹਨੇਰਿਆਂ ਚ ਪੂਰੋ ਹੁੰਦੀ ਪਰ ਪੂਰੋ ਸੋਚਦੀ ਉਹ ਨਾ ਅਸਲ ਚ ਹਮੀਦਾ ਸੀ ਨਾ ਅਸਲ ਚ ਪੂਰੋ ਉਹ ਸਿਰਫ ਇੱਕ ਪਿੰਜਰ ਦਾ ਪਿੰਜਰ ਸੀ ਜਿਹਦਾ ਨਾ ਕੋਈ ਰੂਪ ਸੀ ਨਾ ਕੋਈ ਨਾਮ ਸੀ ਪੰਜੇ ਛੇ ਮਹੀਨੇ ਲੰਗੇ ਸਨ ਕਿ ਪੂਰੋ ਦੇ ਪਿੰਜਰ ਚ ਇੱਕ ਨਿੱਕੀ ਜਿਹੀ ਜਿੰਦ ਸੁਰਕਣ ਲੱਗ ਪਈ ਧੰਨਵਾਦ ਚਲਦਾ